ਅੱਜਾ ਹੀ ਹੈਗੀ ਨਾ ਟਾਈਮ ਹੋਏ ਕਿੱਥੇ ਰਹਿ ਗਈ ਅੱਗੇ ਵੀ ਜਾ ਕੇ ਆਉਣਾ ਐਵੇਂ ਤਾਂ ਸਾਰਾ ਦਿਨ ਖਰਾਬ ਹੋ ਜਾਊਗਾ ਉਹ ਇੰਨਾ ਟਾਈਮ ਕਿੱਥੇ ਲਾਏ ਤੂੰ ਤੇਰੀਆਂ ਕਰਤੂਤਾਂ ਦਾ ਪਤਾ ਲਗਾਉਣ ਗਈ ਸੀ ਕਿਹੋ ਜਿਹੀ ਗੱਲਾਂ ਕਰਦੀ ਯਾਰ ਤੂੰ ਬਸ ਕਰ ਮੈਨੂੰ ਸਭ ਪਤਾ ਚੱਲ ਗਿਆ ਤੇਰੀਆਂ ਕਿੰਨੀਆਂ ਕੁੜੀਆਂ ਨਾਲ ਗੱਲਬਾਤ ਹੈ ਮੈਨੂੰ ਜੋਤ ਮਿਲੀ ਸੀ ਰਸਤੇ 'ਚ ਉਹਨੇ ਮੈਨੂੰ ਸਭ ਕੁਝ ਦੱਸਤਾ ਤੇਰੇ ਬਾਰੇ ਉਹ ਯਾਰ ਉਹ ਤਾਂ ਫਿਰ ਹੁਣ ਐਕਸ ਸੀ ਆ ਇਦਾਂ ਥੋੜੀ ਹੁੰਦਾ ਅੱਛਾ ਐਕਸ ਸੀ ਜਿਹੜਾ ਤੂੰ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਕੀ ਕੁਝ ਕਰਦਾ ਸਭ ਪਤਾ ਮੈਨੂੰ ਚੱਲ ਕਰੀ ਜਾ ਸ਼ੱਕ ਯਾਰ ਆ ਬੰਨੇ ਹੱਥ ਤੋਂ ਬਾਅਦ ਨਾ ਮੈਨੂੰ ਕਾਲ ਜਾਂ ਮੈਸੇਜ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੈਨੂੰ ਚੱਲ ਠੀਕ ਹੈ ਸਾਡਾ ਤਾਂ ਫੱਕਰ ਸੁਭਾਅ ਨਹੀਂ ਕਰਨਾ ਯਕੀਨ ਨਾ ਕਰ ਵੀਰੇ ਜੇ ਨਹੀਂ ਸਟਾਰਟ ਹੋ ਰਿਹਾ ਤਾਂ ਕਿਉਂ ਮੱਥਾ ਮਾਰ ਰਹੇ ਇਹਦੇ ਨਾਲ ਸਾਈਕਲ ਚੱਕ ਤੇ ਨਿਕਲ ਜਾ ਮੇਰੇ ਨਾਲ ਬਾਲਾ ਨਾ ਬੋਲਿਆ ਕਰ ਸੁਜਾ ਆਪਣਾ ਗੋਆ ਸੁੱਟ ਗਿਆ ਤੇ ਸਟਾਰਟ ਕਰਕੇ ਰਹੂੰ ਮੈਂ ਆਹੋ ਅੱਜ ਹੀ ਹੋਇਆ ਤਾਂ ਸਟਾਰਟ ਹੋ ਜਾ ਹੋ ਗਿਆ ਹੋ ਗਈ ਇਹ ਨਹੀਂ ਜਾਂਦਾ ਸਾਈਕਲ ਤੇ ਜਾਣਾ ਪਏਗਾ ਹੋ ਆਉਂਦੀ ਆ ਤੁਰੀ ਉਹ ਸਾਰਾ ਦਿਨ ਰੇਲ ਗੱਡੀ ਵਾਂਗੂ ਭੱਜੀ ਫਿਰੀ ਜਾਂਦੀ ਆ ਖੜ ਕੇ ਗੱਲ ਵੀ ਸੁਣ ਲੈ ਕਰ ਕਦੇ ਘਰ ਦੇ ਕੰਮ ਕਿੰਨੇ ਕਰਨੇ ਆ ਉਹ ਸਾਰਾ ਦਿਨ ਘਰ ਦੇ ਕੰਮ ਕਰੀ ਜਾਂਦੀ ਆ ਹਾਲਤ ਦੇਖ ਲਾ ਜੀ ਕੀ ਬਣਾਈ ਆ ਤੈਨੇ ਆ ਹਾਲਤ ਨਾ ਮੇਰੀ ਤੇਰੀ ਫਿਕਰਾਂ ਕਰ ਕਰ ਮਾੜੀ ਹੋਈ ਆ ਮੇਰੀਆਂ ਫਿਕਰਾਂ ਕਰਕੇ ਮਾੜੀ ਐਵੇਂ ਹੀ ਛੱਡੀ ਜਾਂਦੀ ਆ ਠੀਕ ਆ ਜੀ ਜੇ ਮੈਂ ਨਹੀਂ ਫਿਕਰ ਕਰਦੀ ਉਹ ਤਾਂ ਹੋਰੇ ਕਿਧਰੇ ਪਾਲਾਂ ਨਹੀਂ ਆ ਘੁੰਡੀ ਉਹ ਮੈਂ ਤਾਂ ਮਜ਼ਾਕ ਕਰਦੇ ਮੇਰੀ ਗੱਲ ਸੁਣ ਇੱਕ ਮੈਂ ਕੱਲ੍ਹ ਨੂੰ ਮੇਲੇ 'ਤੇ ਜਾ ਰਿਹਾ ਦੱਸ ਤੇਰੇ ਵਾਸਤੇ ਕੀ ਲੈ ਕੇ ਆਵਾਂ ਅੱਛਾ ਅੱਜ ਤੱਕ ਤਾਂ ਬੜਾ ਲੈ ਕੇ ਆਏ ਹੋ ਨਾ ਲਾ ਰਹੇ ਨੇ ਤੁਹਾਡੇ ਤਾਂ ਉਹ ਕੜਾ ਵੀ ਤਾਂ ਮੈਂ ਹੀ ਦਿੱਤਾ ਸੀਗਾ 20 ਰੁਪਏ ਦਾ ਕੜਾ ਕਿਉਂ ਕੋਈ ਮਹਿੰਗੀ ਆਈਟਮ ਲੈ ਕੇ ਆਏ ਹੋ ਅੱਜ ਤੱਕ ਠੀਕ ਆ ਅੱਛਾ ਚਲੋ ਛੱਡ ਉਹੀ ਨਾ ਸੈਂਟੀ ਕਰੀ ਮੈਂ ਤਾਂ ਵੈਸੇ ਹੀ ਕਹਿੰਦਾ ਤਾਂ ਦੱਸ ਤੇਰੇ ਲਈ ਕੀ ਲੈ ਕੇ ਆਵਾਂ ਜੋ ਵੀ ਤੁਹਾਨੂੰ ਚੰਗਾ ਲੱਗੇ ਠੀਕ ਹੈ ਚਲੋ ਮੈਂ ਜਾਵਾਂ ਉਹ ਗੱਲ ਸੁਣੋ ਜੈਕੀ ਮੇਰੀ ਗੱਲ ਸੁਣ ਮੈਂ ਸੋਚ ਰਹੀ ਆ ਆਪਾਂ ਵਿਆਹ ਨਾ ਕਰਾ ਲਈਏ ਉਹ ਮੈਂ ਮੋ ਨਹੀਂ ਵਿਆਹ ਕਰਾਉਣਾ ਯਾਰ ਕਿਉਂ ਚੈੱਕ ਕਰਵਾ ਲਾਂਗੇ ਕਦੋਂ ਕਰਾਵਾਂਗੇ ਕਿੰਨੀ ਤਰੀਕ ਹੈ ਆਪਣੇ ਵਿਆਹ ਦੀ 31 ਫਰਵਰੀ ਆ ਠੀਕ ਹੈ 31 ਫਰਵਰੀ 31 ਫਰਵਰੀ ਤਾਂ ਹੁੰਦੀ ਨਹੀਂ ਨਹੀਂ ਕਰਾਉਣਾ ਵਿਆਹ ਕਿਉਂ ਨਹੀਂ ਕਰਾਉਣਾ ਸਹੀ ਇੱਥੇ ਬੈਠ ਸਹੀ ਹੋ ਕੇ ਬੈਠ ਇੱਥੇ ਆ ਲੇਕਿਨ ਮੈਂ ਤੈਨੂੰ ਇੰਨਾ ਪਿਆਰ ਕਰਦੀ ਆ ਤੂੰ ਹੋਰ ਕਿਧਰ ਵਿਆਹ ਕਰਾਏਂਗਾ ਉਹ ਬਸ ਵਿਆਹ ਵੀ ਉਹਦੀ ਗੱਲਾਂ ਨਾ ਕਰਿਆ ਕਰ ਯਾਰ ਕੀ ਰੱਖਿਆ ਪਿਆਰਾ ਪਿਆਰ 'ਚ ਉਹ ਦੇਖ ਮੇਰਾ ਯਾਰ ਦੋਸਤ ਗੈਰੀ ਸਾਰਾ ਦਿਨ ਉਹ ਕੁੜੀ ਪਿੱਛੇ ਫਿਰੀ ਜਾਊਗਾ ਸੱਚਾ ਪਿਆਰ ਕਰਦਾ ਸੱਚਾ ਪਿਆਰ ਕਰਦਾ ਸੱਚਾ ਪਿਆਰ ਕਰਦਾ ਸੁਭਾਅ ਕਰਦਾ ਪਿਆਰ ਯਾਰ ਉਹ ਤੈਨੂੰ ਸੱਚੇ ਪਿਆਰਾਂ ਦਾ ਪਤਾ ਨਹੀਂ ਹੈਗਾ ਤੂੰ ਇਹਨਾਂ ਨਾਲ ਅਪਸੈਟ ਕਿਉਂ ਹੋਇਆ ਕੀ ਹੋਇਆ ਤੈਨੂੰ ਗੱਡੀ ਦੇ ਟਾਇਰ ਘਸ ਗਏ 25,000 ਰੁਪਏ ਲੱਗੂਗਾ ਦੇ ਦੇਂਗੇ ਪੈਸਿਆਂ ਦੀ ਕਿਹੜੀ ਗੱਲ ਹੈ 25 ਦਾ ਵੀ ਤੂੰ 30 ਲੈ ਜੀ ਪਰ ਮੇਰੇ ਨਾਲ ਐਵੇਂ ਨਾਰਾਜ਼ ਨਾ ਹੋਇਆ ਕਰ ਹਾਏ 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 ਤੇਰਾ ਕੰਮ ਸੈੱਟ ਹੈ ਤੇਰੇ ਬੁੜੇ ਜੀ ਹੈਗੇ ਤਾਗਲ ਨਹੀਂ ਫੈਕਟਰੀ ਬੁੜਾ ਕੀ ਹੁੰਦਾ ਉਹੀ ਡੈਡੀ ਆਪਣਾ ਡੈਡੀ ਲਾਣੇਦਾਰ ਤੂੰ ਐਵੇਂ ਸੁਣ ਮੇਰੀ ਗੱਲ ਕੱਲ ਨੂੰ ਮੈਨੂੰ ਕੰਮ ਹੈ ਠੀਕ ਹੈ ਤੂੰ ਅਰਸ਼ ਨੂੰ 30,000 ਰੁਪਏ ਦੇ ਦੇ ਕੱਲ ਨੂੰ ਤੂੰ ਕਿੱਥੇ ਜਾਣਾ ਕੱਲ ਨੂੰ ਮੈਂ ਨਾ ਯਾਰ ਮਾਸੀ ਨੂੰ ਦਵਾਈ ਦਵਾ ਕੇ ਲਿਆਉਣੀ ਕੋਈ ਗੱਲ ਨਹੀਂ ਪੈਸੇ ਮੈਂ ਅਰਸ਼ ਨੂੰ ਫੜਾ ਦੂੰਗੀ ਨਾਲੇ ਨਾ ਤੂੰ ਆ ਮੇਰੇ ਨਾਲ ਮਜ਼ਾਕ ਜਿੰਨਾ ਕਰਿਆ ਕਰ ਵੀ ਵਿਆਹ ਨਹੀਂ ਕਰਾਉਣਾ ਕਰਵਾ ਦਾਂਗੇ ਵਿਆਹ ਪੱਕਾ ਪੱਕਾ ਠੀਕ ਹੈ ਐਵੇਂ ਹੀ ਨਾ ਕਰਿਆ ਕਰ ਯਾਰ ਤੂੰ ਬਸ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗਾ ਪੈਸੇ ਕਮਾਉਣ ਦਾ ਸਭ ਤੋਂ ਸੌਖਾ ਤਰੀਕਾ ਜਿਹਦਾ ਨਾਮ ਹੈ ਟੀਵਿਟ ਬੈਟ ਐਪ ਇਹ ਦੇਖੋ ਮੈਂ ਇਹ 1 ਵੀਕ ਦੇ ਵਿੱਚ ਇਨਕਮ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਰਜਿਸਟਰ ਕੀਤਾ ਸੀ ਉਸ ਤੋਂ ਬਾਅਦ ਮੈਂ ਥੋੜ੍ਹੇ ਜਿਹੇ ਪੈਸੇ ਡਿਪੋਜ਼ਿਟ ਕੀਤੇ ਅਤੇ ਗੇਮ ਖੇਡਣੀ ਸ਼ੁਰੂ ਕਰਤੀ ਆਹ ਦੇਖੋ ਇਹ ਇਨਕਮ ਮੈਂ 2 ਵੀਕ ਦੇ ਵਿੱਚ ਕੀਤੀ ਆ ਇਹ ਸਭ ਕੁਝ ਪੋਸੀਬਲ ਹੋਇਆ ਕ੍ਰੈਸ਼ ਗੇਮ ਕਰਕੇ ਕ੍ਰੈਸ਼ ਗੇਮ ਇੱਕ ਬਹੁਤ ਹੀ ਆਸਾਨ ਹੈ ਆਪਾਂ ਨੂੰ ਥੋੜ੍ਹਾ ਜਿਹਾ ਅਮਾਉਂਟ ਪਾਉਣਾ ਹੋਊਗਾ ਅਤੇ ਉਹਦੇ ਬਾਅਦ ਆਪਾਂ ਨੇ ਇਹ ਚੀਜ਼ ਦਾ ਐਸਟੀਮੇਟ ਲਾਉਣਾ ਹੋਊਗਾ ਕਿ ਜਿਹੜਾ ਰੋਕਿਟ ਉਹ ਕਿੱਥੇ ਤੱਕ ਜਾ ਸਕਦਾ ਹੈ ਜੇਕਰ ਆਪਣਾ ਐਸਟੀਮੇਟ ਬਿਲਕੁਲ ਸਹੀ ਹੋਊਗਾ ਤਾਂ ਆਪਾਂ ਬਹੁਤ ਸਾਰੇ ਪੈਸੇ ਜਿੱਤ ਸਕਦੇ ਹਾਂ ਔਰ ਇੱਥੇ ਤੁਹਾਨੂੰ ਬਹੁਤ ਸਾਰੇ ਬੋਨਸ ਮਿਲਣਗੇ ਜਿਸ ਦੇ ਹਿਸਾਬ ਨਾਲ ਤੁਸੀਂ ਬਿਟਕੋਇਨ ਅਰਨ ਕਰ ਸਕਦੇ ਹੋ ਤੁਸੀਂ ਲਿੰਕ 'ਤੇ ਕਲਿੱਕ ਕਰਕੇ ਐਪ ਨੂੰ ਰਜਿਸਟਰ ਕਰੋ ਅਤੇ ਤੁਹਾਨੂੰ ਮੇਰੇ ਲਿੰਕ ਰਾਹੀਂ ਪ੍ਰੋਮੋ ਕੋਡ ਯੂਜ਼ ਕਰਕੇ 5,000 ਰੁਪਇਆ ਬੋਨਸ ਮਿਲੂਗਾ ਅਤੇ ਕੁਝ ਬਿਟਕੋਇਨ ਫ੍ਰੀ ਮਿਲਣਗੇ ਜਾਓ ਜਾ ਕੇ ਐਪ ਨੂੰ ਹੁਣੇ ਰਜਿਸਟਰ ਕਰੋ ਅਤੇ ਮੇਰਾ ਪ੍ਰੋਮੋ ਕੋਡ ਯੂਜ਼ ਕਰਨਾ ਨਾ ਭੁੱਲਿਓ ਇੰਜੋਏ ਦਾ ਗੇਮ
बस कुछ नहीं यार, कद्दू करके हटाया होना लग रहा है। जीरी लावांगे। हाँ कनक से कदों की वढ़ रही, 15-20 दिन हो गए। हाँ हाँ मैं तेन मिल के आऊँगा थोड़े दिनों तक। और ना ना गिफ्ट गुफ्ट ना लेके रखी कोई भी, मेरा फोन पर लगे रहना सारा दिन। हाँ हाँ कि लग रहा फोन पर, एक मिनट खड़ जा उत्थे, खड़ जा उन्होंने कुछ यदि गल करनी ना कोई। हाँ जी हाँ जी हाँ जी, आई लव यू टू बाय। भाभी जी तेरी यार लग रही है पटियाले की, बाली सोहनी हाँ। वो तेने किन्ने बार कहा एक ना गल कर ले कर। ओ भाई यार कुड़ी आप पागल बनाऊंगे नहीं, आप कुड़ी पागल बनाने के प्यार प्यार कुछ होंगे यार। ये वो प्यार तो बिना है भी नहीं कुछ दुनिया से। हूँ मैं ही देख ला खुशी को किन्ना प्यार करदा। ओ भाई की है यार प्यार, मैं ना उदे बिना जीन तो कदे सोचा भी नहीं। भाई जे तेन छड़ गई ना तू कहना मर जाएगा, तू कहना पागल हो जाएगा। ओए हेलो तू किन्ने बार कहया तमीज ना बोले कर, तेरी भाभी आ। ओ भाई भाभी नु कहना तेरा उहदे नाल ब्याह हो गया। ओ ब्याह कराउणा उहदे नाल, मैं ब्याह कराउणा यार अज्जकल दो चार दिन गल्लां कर दिंदे नेगे तेरी भाभी। ओ हेलो तेनू किन्ने बार कहया उहदे नाल मैंने ब्याह करवाउणा। चल ठीक है जिदन होगा देख लांगे यार। एड्डी तुसीं कित्थे हो, कित्थे यार थोड़े कोल 15-20 किले ने। ओ लोकां दा गुआ कूड़ा सिट्टी दी अपने आप दा सुख बस। तुसीं आही किलियां दे विच लड़ीया करो, ब्याह तां मैंने उसे नाल कराउणा। ओ करा ली यार, जा यार बड़ा आशिक मैं छड्ड के होर पट लेंगा साले दा। हां स्वीटी, हां स्वीटी दा पुछ नहीं, मैं लैपटॉप ते गेमिंग करके हटिया सी, तुसीं की करदे हो? अच्छा जग्गी वीरे ने भेजे सी पैसे नु 30,000 रुपया क्या होगा। हां हां गया सी ओ ना, एक्चुअली आज बैंक ऑफ सी ते मेरा एटीएम ब्लॉक्ड हो गया, मैं ना उनु ऑनलाइन ट्रांसफर कर दांगी। चलो मैं पूछ लेना। हां पूछो, मेरा तो फोन इन चक्कर आज जो बिजी होगा, मेरा तो चक्कर लगेगा। हां उने जाना सीगा आज मासी ने दवाई दवाण, स्पीकर ते ला लंदे फोन। हेलो जग्गी वीरे ऑनलाइन ट्रांसफर करन नु कह रहे सी पैसे आ। चल ठीक है मैं करा लेना। ठीक है ठीक है ओके, तुम मेरे वाले खाते ट्रांसफर कर दो। ओ गल तो ठीक है पर जग्गी आपके अकाउंट क्यों नहीं ट्रांसफर करांदा? ओनू बड़ा ट्रस्ट ज्यादा मेरे ते। चलो ओके हाँ मैं कर देनी हूँ, ले आ स्कैन करा। आ ले हो गए। वैसे तुसी जग्गी बाई नू प्यार बहुत करदे हो, मेनू भी दवा दो इन्ना प्यार करन वाली कोई। हार्श प्यार तो मैं तेरे बाई नू बहुत करदी हां, जद मेरा फोन नहीं ना चकदा पता मैनू किन्ना रोण आंदा। मेनू भी दवा दो इन्ना प्यार करन वाली। बस बस रहन दे तू, तेरी दो सहेलियां ने मैनू पता ज्यादा मजाक जदे कर। किने दसता है? बस बस जा। ਭੈਣ ਕਿੱਥੇ ਆ? ਰੋਟੀ ਰੂਟੀ ਖਵਾ ਦੇ ਯਾਰ ਭੁੱਖ ਲੱਗੀ ਏ। ਲਿਆ ਰੋਟੀ ਭੁੱਖ ਬਹੁਤ ਲੱਗੀ ਆ। ਲੈ ਗੂੰਗੀ ਬੋਲਦੀ ਹੋਣੀ, ਦੇਖ ਕੇ ਆਨਾ ਅੰਦਰ। ਅਲਖੀ ਬੋਲੀ ਜੀ ਸੁੱਤੀ ਪਈ ਏ ਹੁਣੇ। ਭੈਣੇ 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 ਲੈ ਵੇਖੀ ਸੁੱਤੀ ਪਈ ਹੈਂ, ਤਾਰਾਂ ਵੀ ਲੱਗੀਆਂ ਪਈਆਂ ਨੇ। ਹਾਏ ਰੱਬਾ। ਸਹੇਲੀ ਮਰੀ ਨੂੰ ਯਾਰ ਉਹਦੇ ਚੱਕਰ 'ਚ ਪਾਗਲ ਹੋ ਗਿਆ, ਨਾ ਨਹਾਉਣ ਦਾ ਨਾ ਧੋਣ ਦਾ ਨਾ ਕਿਸੇ ਨਾਲ ਬੋਲਦਾ ਹੈਗਾ, ਇਕੱਲਾ ਪੈਗ ਪੈਗ ਲਾਉਂਦਾ। ਉਹ ਮੈਂ ਲਵਾਉਣ ਲੱਗ ਗਿਆ, ਲੈ ਫੜ ਓਏ ਪੈਗ ਲਾਲਾ, ਓ ਪੈਗ ਲਾਲਾ। ਲੈ ਦੇਖੀ ਬਾਈ ਕਿਵੇਂ ਪੀ ਗਿਆ ਲੈ ਮਿੰਟ 'ਚ। ਤੂੰ ਮੇਰੀ ਗੱਲ ਸੁਣ ਲਾ ਓਏ,
ਸੱਚਾ ਪਿਆਰ ਕਰਨ ਦੇਖ ਲਾ ਬਾਈ ਨੇ ਪਾਗਲ ਹੋ ਗਿਆ। ਮੈਂ ਤੈਨੂੰ ਤਾਂ ਹੀ ਕਹਿੰਦਾ ਕਿਸੇ ਕੁੜੀ ਨੂੰ ਪਿਆਰ ਪਿਓਰ ਨਾ ਕਰੀ, ਮੈਂਟਲ ਹੋ ਜਾਏਗਾ ਸਾਲਿਆ। ਤੇਰੇ ਵਾਲਾ ਕੰਮ ਸਹੀ ਆ ਬਾਈ, ਕੱਲ੍ਹ ਨੂੰ ਤੇਰੇ ਪੱਬੀ ਤੋਂ ਪੈਸੇ ਫੜ ਲਈ, 30,000 ਰੁਪਇਆ ਦੋਗੀ ਤੈਨੂੰ। ਹੁਣ ਤਾਂ ਤੂੰ ਕਰਿਆ ਸੀ ਪਿਆਰ ਨਾ ਕਰਿਆ ਕਰ, ਹੁਣ ਤੈਨੇ ਸਾਡੀ ਭਾਬੀ ਵੀ ਬਣਾ ਦੀ। ਓਏ ਭਾਬੀ ਉਹੀ ਤੈਨੂੰ ਪਤਾ ਤਾਂ ਹੈਗਾ ਯਾਰ, ਉਹਦਾ ਸਮਝਿਆ ਕਰ ਤੂੰ। ਸਮਝ ਗਿਆ ਬਾਈ ਮੈਂ ਤੇਰੀ ਗੱਲ, ਬਸ ਕੱਲ੍ਹ ਪੈਸੇ ਫੜ ਲਈ। ਕੋਈ ਗੱਲ ਨਹੀਂ ਬਾਈ, ਪੈਗ ਹੋਰ ਲਵਾ ਲਈ। ਅੱਜ ਦਾ ਫੋਨ ਚੱਕੂਗਾ ਜੀ, ਕੱਟ ਦਾ। ਫੋਨ ਨਹੀਂ ਚੱਕ ਰਿਹਾ, ਕਿੰਨੇ ਦਿਨ ਹੋ ਗਏ ਮੈਨੂੰ ਇਹਨੂੰ ਫੋਨ ਕਰਦੀ ਨੂੰ। ਮੈਂ ਇੰਨੇ ਦਿਨਾਂ ਦੀ ਇਹਨੂੰ ਫੋਨ ਕਰ ਰਹੀ ਹਾਂ, ਮੈਂ ਇੰਨੀ ਜ਼ਰੂਰੀ ਗੱਲ ਕਰਨੀ ਸੀ। ਬੰਦਾ ਫੋਨ ਵੀ ਤਾਂ ਚੱਕ ਸਕਦਾ। ਉਹ ਲਾਲਾ ਪੈਗ ਫੜ। ਭੁੱਖਾ ਮਰ ਜਾਏਗਾ। ਤੇਰਾ ਫੋਨ ਕਦੋਂ ਨਹੀਂ ਲੱਗਦਾ ਯਾਰ, ਮੈਂ ਵਾਰ ਵਾਰ ਫੋਨ ਲਾਈ ਜਾਂਦਾ। ਹੌਲੀ ਪੀ ਲਾ। ਓਏ ਯਾਰ ਮੂਡ ਤੇ ਲਾਇਆ ਹੋਇਆ ਯਾਰ, ਕੁੜੀਆਂ ਫੋਨ ਕਰਕੇ ਤੰਗ ਕਰੀ ਜਾਂਦੀਆਂ ਨੇ। ਜੋ ਮੈਂ ਭਾਬੀ ਤੋਂ ਆਨਲਾਈਨ ਟ੍ਰਾਂਜੈਕਸ਼ਨ ਕਰਾ ਲਈ ਸੀ। ਉਹ ਗੱਡੀ ਵਾਲੇ ਨੂੰ ਫੜਾਇਆ ਪੈਸੇ? ਹਾਂ ਹਾਂ ਬਈ, ਫੜਾਤੇ ਸੀਗੇ ਮੈਂ ਪੈਗ ਲਾ ਲੈ। ਨਾ ਬਸ ਬਈ, ਪੈਗ ਤਾਂ ਤੁਸੀਂ ਲਾਓ ਯਾਰ, ਮੈਂ ਤਾਂ ਜਾਣਾ। ਉਹ ਲਾ ਲਾ ਯਾਰ। ਉਹ ਨਾ ਨਾ ਲਾ, ਤੈਨੇ ਦੇਖ ਲਾ ਬਾਜ ਖਰਾਬ ਕਰ ਰੱਖੀ ਆ ਮੈਂ। ਚਲ ਜਾ ਫਿਰ। ਗੈਰੀ ਬੇਰ ਕਿਹੀ ਮਿਲਿਆ ਤੈਨੂੰ ਪਿਆਰ ਕਰਕੇ ਬਈ, ਹਜੇ ਵੀ ਤੂੰ ਸੰਭਲ ਜਾ। ਉਹ ਬਾਹਰ ਨਿਗਾਹ ਮਾਰ ਕੇ ਦੇਖ ਬਈ, ਦੁਨੀਆ ਹੋਰ ਬਥੇਰੀ ਸੋਹਣੀ ਆ। ਉਹ ਬਈ ਨਾ ਤੂੰ ਕੁਝ ਬੋਲਦਾ ਯਾਰ, ਉਹ ਜਿਹੜੇ ਬਈ ਚਲੇ ਗਏ ਉਹ ਨਹੀਂ ਵਾਪਸ ਆਉਂਦੇ ਹੈਗੇ। ਉਹਦੇ ਵਿੱਚ ਜ਼ਿੰਦਗੀ ਖਰਾਬ ਕਰੀ ਜਾਂਦਾ ਯਾਰ ਅਬਜੀ ਤੂੰ। ਮੇਰੀ ਗੱਲ ਸੁਣ ਲਾ, ਭੁੱਲ ਜਾ ਯਾਰ ਉਹਨੂੰ ਤੂੰ। ਉਹ ਰੋਣ ਕਿਉਂ ਲੱਗ ਗਿਆ ਕਮਲਿਆ ਹੁਣ ਤੂੰ? ਯਾਰ ਕੁਛ ਬੋਲਦਾ ਨੀ ਹੈਗਾ, ਪਰ ਰੋਈ ਜ਼ਰੂਰ ਜਾਂਦਾ। ਉਹ ਨਿਕਲ ਗਿਆ ਸਦਮੇ ਤੋਂ ਬਾਹਰ ਯਾਰ ਤੂੰ। ਭਾਈ ਓਏ ਜੈਕ, ਜੈਕ ਹਾਂ ਤੂੰ ਇੱਥੇ ਖੜਿਆ? ਮੈਂ ਕਿੰਨੇ ਦਿਨਾਂ ਦੀ ਫੋਨ ਕਰ ਰਹੀ ਹਾਂ, ਤੂੰ ਫੋਨ ਕਿਉਂ ਨਹੀਂ ਚੱਕ ਰਿਹਾ? ਉਹ ਗੈਰੀ ਪਾਗਲ ਹੋਈ ਫਿਰਦਾ। ਮੇਰੀ ਗੱਲ ਤਾਂ ਸੁਣ, ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ। ਮੇਰੇ ਘਰਦੇ ਨੇ ਮੇਰਾ ਰਿਸ਼ਤਾ ਕਰਤਾ, ਤੂੰ ਮੇਰੇ ਨਾਲ ਵਿਆਹ ਕਰਾਉਣਾ ਕਿ ਨਹੀਂ? ਮੈਂ ਨਹੀਂ ਕਰਾਉਣਾ ਯਾਰ, ਮੈਂ ਤੈਨੂੰ ਕਹਿ ਰਿਹਾ। ਪਰ ਮੈਂ ਤੈਨੂੰ ਪਿਆਰ ਕਰਦੀ ਸੀ, ਤੂੰ ਮੈਨੂੰ ਧੋਖਾ ਦੇ ਰਿਹਾ। ਮੇਰੀ ਗੱਲ ਤਾਂ ਸੁਣ, ਕਿਉਂ ਬੁਲਾ ਸੀ ਯਾਰ ਜੱਗੀ ਮੈਨੂੰ? ਯਾਰ ਪ੍ਰੀਆ ਨਾਲ ਮੇਰਾ ਗੱਲ ਕਰੂੰ ਜਮਾਂ ਦਿਲ ਨਹੀਂ ਕਰਦਾ ਯਾਰ, ਗੈਰੀ ਕਣੀ ਦੇਖ ਕੇ ਐਵੇਂ ਹੋ ਜਾਂਦਾ। ਕਿਉਂ ਕਿਸੇ ਦਾ ਦਿਲ ਤੋੜੀ ਆਪਾਂ? ਉਹਨੇ ਮੈਨੂੰ ਕਿੰਨੇ ਕੁ ਪੈਸੇ ਭੇਜਣੇ ਹੁਣ ਤੱਕ? ਬਈ ਸਾਰੇ ਮਿਲਾ ਕੇ ਤਾਂ 97,000 ਬਣਦਾ। ਤੂੰ 1,00,000 ਰੁਪਏ ਭੇਜਦੀ ਮੇਰੇ ਵਾਲੇ ਦੂਜੇ ਖਾਤੇ 'ਚੋਂ? ਤੂੰ ਗੈਰੀ ਨੂੰ ਇੰਨਾ ਸੀਰੀਅਸ ਲੈ ਗਿਆ? ਉਹ ਨਹੀਂ ਯਾਰ, ਗੱਲਾਂ ਹੋਰ ਵੀ ਬਹੁਤ ਨੇ ਬਈ। ਤੂੰ ਸਾਰੀਆਂ ਗੱਲਾਂ ਨੂੰ ਭੁੱਲ ਕੇ ਪ੍ਰੀਆ ਨਾਲ ਵਿਆਹ ਕਿਉਂ ਨਹੀਂ? ਮੇਰਾ ਬਾਪ ਮੈਨੂੰ ਨਹੀਂ ਪਿਆਰ ਹੁੰਦਾ, ਨਹੀਂ ਪਿਆਰ ਹੁੰਦਾ ਮੈਨੂੰ। ਬਾਈ ਕੋਈ ਤਾਂ ਗੱਲ ਹੈਗੀ ਆ ਜਿਹੜੀ ਤੂੰ ਦਿਲ ਚ ਲੁਕੋਈ ਬੈਠਾ। ਮੇਰੀ ਮੰਮੀ ਨੇ ਕਹਿਤਾ ਕਿ ਵਿਆਹ ਹੁਣ ਤੇਰਾ ਕਿਤੇ ਹੋਰ ਹੋਣਾ ਤਾਂ ਹੋਣਾ, ਹੁਣ ਨਾ ਆਪਾਂ ਕਦੇ ਨਹੀਂ ਮਿਲਣਾ ਹੈਗਾ, ਤੇ ਪਲੀਜ਼ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਨਾ ਕਰੀ। ਮੈਂ ਤੇਰੇ ਬਿਨਾਂ ਕਿਸੇ ਨਾਲ ਗੱਲ ਨਹੀਂ ਕਰਨਾ। ਗੱਲਾਂ ਨੂੰ ਰਾਜ਼ੀ ਰਹਿਣ ਦੇ, ਬਸ ਤੂੰ 1,00,000 ਰੁਪਇਆ ਦੇਈ,
ਤੇ ਬਸ ਗੱਲ ਖਤਮ ਕਰ ਜੋ ਨਹੀਂ ਫੜੂਗੀ ਧੱਕੇ ਨਾਲ ਫੜਾ ਦੀ ਆਪਾਂ ਕਿਸੇ ਦਾ ਅਹਿਸਾਨ ਨਹੀਂ ਲੈਣਾ ਚੱਲ ਠੀਕ ਆ ਬਾਈ ਕਹੂੰਗਾ 3000 ਤੇਰਾ ਵਿਆਜ ਬਣਦਾ ਵਿਆਜ ਵੀ ਨਾਲ ਹੀ ਚੱਲ ਵਿਆਜ ਨੂੰ ਕਿਹੜਾ ਆੜਤੀ ਆ ਯਾਰ ਉਹ ਦੇ ਕੇ ਪਾਸੇ ਨੂੰ ਮੇਰੀ ਕੰਮ ਠੀਕ ਆ ਜਾ ਯਾਰ यार दो दिन हो गए गैरी दिखता ही नहीं कितने यार हाँ उत्थे हो सकता और गैरी कि पे है गैरी हो भाई मेरी गल सुन यार मैं तेन दो दिन हो गए लभदे नू ओए ओए हेलो गैरी ओए जान वेच के चले हाँ तेरा प्यार खरीदन वास्ते नहीं इत्थे मंजिल मिलदी टावियां नूं ए मुहब्बत वाले रस्ते नहीं खौरे केड़ी दुनिया दे विच जाके मेल होणगे इस जन्म तां खाली हथ परवाने गए मैनू उडीक रहूगी अगले हर जन्म च आपां मिल सकीए अज जग दियां रीतां अगे हार दीवाने गए अज जग दियां रीतां अगे हार दीवाने गए अलविदा ਸਾਰਿਆਂ ਦਾ ਅੱਜ ਆਪਣੀ 3 ਮਹੀਨਿਆਂ ਬਾਅਦ ਵੀਡੀਓ ਆਈ ਤੁਹਾਨੂੰ ਪਤਾ ਹੀ ਆ ਅਤੇ ਹੋ ਸਕਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਛੋਟੀ ਸੀ ਸਾਨੂੰ ਪਤਾ ਪਰ ਹੁਣ ਦੁਬਾਰਾ ਤੋਂ ਹੌਲੀ ਹੌਲੀ ਕੰਮ ਪਹਿਲਾਂ ਵਾਂਗੂ ਚੱਕ ਦਾਂਗੇ ਅਤੇ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਹੁਣ 2 ਲੱਖ ਹੋ ਗਏ ਚੈਨਲ ਅਤੇ ਸਬਸਕ੍ਰਾਈਬਰ ਆਪਾਂ 1 ਮਿਲੀਅਨ ਕਰ ਦੇ ਰਹੇ ਹਾਂ ਅਤੇ ਹੁਣ ਕੰਮ ਖਿੱਚ ਕੇ ਰੱਖਿਓ ਬਸ ਠੀਕ ਆ ਹੀ ਕਹਿਣਾ ਬਾਕੀ ਬੈਕ ਟੂ ਬੈਕ ਹੁਣ ਵੀਡੀਓ ਆਉਣਗੀਆਂ ਫੱਟੇ ਚੱਕ ਦਾਂਗੇ